বিসমিল্লাহ রহমান রহিম, আসসালামু আলাইকুম সারি সঙ্গত, মে আসলাম কে সখা কি উমীদ করে না সারে খরিয়ত না লোসো ভিডিও পুরি গৌর না দেখনি আর ফার্স্ট এই ভিডিও কু সেভ করে গিনো তাকে এই ভিডিও তো ফেসবুক ইনস্টাগ্রাম হোয়াটসঅ্যাপ বগেরা দে গ্রুপে বিচ ভি শেয়ার করনি হে আর এই ভিডিও কু স্টেটাস বগেরা ভি সালাম না মে বেহদ বেবস আর মজবুর থি কে ভিডিও বনাদা পিয়া আদারওয়াইজ মে ভিডিও কেনা বনাওয়া হা সঙ্গত জিমে কে তোকে পতা হে পিয়া কে কাফি আরসে তু মাশাআল্লাহ আলহামদুলিল্লাহ তোর নাল এক রিশতা কায়েম তে ইনি সোশ্যাল মিডিয়া দে থ্রু আলহামদুলিল্লাহ ঢের সারি আওয়াম নাল তাল্লুক ভি থায় সারা কুছ থায় ফের বন্দে ফরমাইশ আসা হুকুম কা কে মনিয়ে সঙ্গত সারি গুই চি সাদাজা হসি পিয়া কে আজ তু সাল খান পহলে তেরি আম্মা সেন হুনি বিমার থায় হাম মে এক ভিডিও ভি বনাই হই আম্মা মেরি সোনি আম্মা আল্লাহ তেরে দুঃখ কো কাটে তাও ভিডিও মে হুমুল বনাই জেড়ে লে মে বসাতে খুদ আপনি আম্মা সেন গো হাসপাতালে মে স্কিন কে বাদাম দিয়া ধকে খন্দা বাদাম হাসপাতালে দে খেয়ে সো থিয়া গুজর গিয়া আম্মা সেন দা ক্যান্সার ডায়াগনোস থি আই তেলে আসা টেস্ট করবায়া আসে ক্যান্সার ডায়াগনোস থিয়া উন্দে রিপোর্ট মেরে কো সারে নিন থিয়া উতু বাদ আল্লাহ পাক সা কোই বড়া সারা সদমা দিতা ইলাজ চলতা রহে গিয়া আম্মা দা আল্লাহ পাক মেরে ভাই কো দিন গিতা আল্লাহ সিউ জান্নাত এস আলম মাম আতা ফরমাবে আর উন্দে কবর তে করোনা রহমত নাসিল করে আমিন সুমা আমিন বাস খের আম ফাক চলতা হে চলতা হে আজ হর ইনসান হর ইনসান জিতনে ভি হ্যায় জিনে দে মেরি দুনিয়া তরফ সাথ থি চুকে আল্লাহ পাক উনে দে আখরত আসান ফরমাবে উনে দা উসফার আসান ফরমাবে আল্লাহ সি উনে দে কবর তে করোনা রহমত নাসিল ফরমাবে আমিন জিনে দা আম্মা সেনি সালামত আল্লাহ সি উনে কো সোনি সিহত বখশে আসা ইলাজ করেন পে আসে আম্মা সেন দা করেন দে আয় হ্যায় করেন দে আয় হ্যায় জি জান দা জোর লা কে জিতনা থি সকদা হা জিতনা জিমে থি সকদা আসা কিতে সে ਜੋ ਕੋ ਸਾਰੇ ਕੋ ਲਈ ਸਹਿਬੇ ਜਾਦਾਦ ਕਹਿੰਦੇ ਸੇ ਤਾਜ਼ੀ ਅਲਹੂ ਬਟ ਵਲਾ ਵੀ ਅਸਾਂ ਆਪਣਾ ਖਾਣ ਪੀਣ ਕੈਂਸਰ ਡਿਠਾ ਤੇ ਅਸਾਂ ਅੰਮਾ ਸਹਿਣ ਦਾ ਇਲਾਜ ਕਰਨ ਦੇ ਰਹੀ ਫਿਰ ਹੁਣ ਟੈਸਟ ਕਰਵਾਇਆ ਸੀ ਨਾਲ ਕੈਂਸਰ ਵੀ ਹੈ ਹੈਪੇਟਾਈਟਿਸ ਵੀ ਹੈ ਪਿੱਤੇ ਵਿੱਚ ਆਲਰੇਡੀ ਸਟੋਨ ਹੈ ਪਤਰੀ ਹੈ ਪਿੱਤੇ ਦੇ ਵਿੱਚ ਗਾਲ ਬਲੈਡਰ ਸਟੋਨ ਜਿਸ ਤਰ੍ਹਾਂ ਦੇ ਕੁਝ ਕਿਡਨੀ ਪ੍ਰੋਬਲਮ ਵੀ ਆ ਗਏ ਹੋਮੋਗਲੋਬਿਨ ਹੁੰਦੇ ਕਿਆ ਹੁੰਦੇ ਆਈ ਡੋਂਟ ਨੋ ਬਟ ਕੋਈ ਬਲੱਡ ਦਾ ਹੁੰਦੇ ਲੈਵਲ ਐਸ ਕੀ ਲੈਵਲ ਹੁੰਦੇ ਉਹ ਬਿਲਕੁਲ ਲੋ ਥੀ ਚੁਕੇ 5 ਪੁਆਇੰਟ ਕੁਝ ਤੇ ਜਿੱਥੇ ਕਿ 12 ਹੋਣਾ ਸੀ ਤੇ ਮੈਂ ਕਾਫੀ ਜ਼ਿਆਦਾ ਹਰ ਇਨਸਾਨ ਜਿਹੜਾ ਜਿਹੜਾ ਆਪਣੇ ਅੰਮਾ ਸੈਣ ਨਾਲ ਮੁਹੱਬਤ ਕਰਦੇ ਹਰ ਗੈਰਤਮੰਦ ਇਨਸਾਨ ਕਿਤੇ ਵੀ ਕਹਿਣਾ ਚਾਹੁੰਦਾ ਉਸੀ ਕਿ ਸਾਡੀ ਅੰਮਾ ਸੈਣ ਸਾਡੇ ਸਾਹਮਣੇ ਤੜਤੇ ਪਈ ਹੋਵੇ ਤੜਕਦੀ ਪਈ ਹੋਵੇ ਸਾਡੀ ਅੰਮਾ ਸੈਣ ਸਾਡੇ ਸਾਹਮਣੇ ਤੜਕਦੀ ਹੈ ਤੜਤੇ ਸੁਣਦੀ ਹੈ ਅਸਾਂ ਆਰਜ਼ੀ ਤੌਰ ਉੱਤੇ ਜਿਹੜੇ ਜਿਹੜੇ ਇੰਜੈਕਸ਼ਨ ਹਨ ਜਿਹੜੇ ਜਿਹੜੇ ਟੈਬਲੇਟਸ ਹਨ ਕੈਪਸੂਲਸ ਵਗੈਰਾ ਅਸਾਂ ਆਰਜ਼ੀ ਤੌਰ ਉੱਤੇ ਸਾਰਾ ਕੁਝ ਕਰ ਗਿੰਦੇ ਹਾਂ ਬਟ ਅਸਾਂ ਉਹਨੇ ਕੋ ਐਡਮਿਟ ਕਰਾਉਣ ਜਿਹੜੇ ਵੇਲੇ ਗਿਉਂ ਤਾਂ ਸਾਡੇ ਕੋਲ ਕਮ ਬਸ ਕਮ ਉਹਨੇ ਆਪਰੇਸ਼ਨ ਦਾ ਪਿੱਤੇ ਵਾਲੀ ਪੱਥਰੀ ਵੀ ਉਹਨੇ ਪਿੱਤਾ ਵੀ ਰਿਮੂਵ ਕਰਨੇ ਉਹਨੇ ਕੈਂਸਰ ਦਾ ਆਪਰੇਸ਼ਨ ਵੀ ਕਰਨੇ ਉਹਨੇ ਗੁਰਦੇ ਦਾ ਮਸਲਾ ਵੀ ਹੱਲ ਕਰਨੇ ਸਾਰਾ ਕੁਝ ਕਰਨੇ ਉਹਨੇ ਕਮ ਬਸ ਕਮ ਸਾਡੇ ਕੋਲ 35 ਤੋਂ 40 ਲੱਖ ਰੁਪਇਆ ਮੰਗੇ ਮੈਂ ਇਹ ਵੀਡੀਓ ਹੀ ਵਾਸਤੇ ਬਣਾਇਆ ਮੀ ਹਰ ਹਰ ਬੰਦੇ ਕੋ ਹਰ ਬੰਦੇ ਕੋ ਆਪਣੇ ਆਪਣੇ ਮਾਵੇਂ ਦੀ ਸਿਹਤ ਦਾ ਵਾਸਤਾ ਹੈ ਕਿ ਅਸਲਾਮ ਕੈਸਰ ਖਾਕੀ ਤੁਹਾਡੇ ਨਾਲ ਇੰਟਰਟੇਨਮੈਂਟ ਤੋਂ ਆਪ ਕਰਾਉਣ ਵਾਲਾ ਆਪ ਆਖਦੇ ਹੋ ਕਿ ਤੁਹਾਡੇ ਟੁੱਟੇ ਹੋਏ ਦਿਲਾਂ ਦੀ ਆਵਾਜ਼ ਅੱਜ ਵੀ ਹੱਦ ਤੇ ਬਸ ਮਜ਼ਬੂਰ ਹੈ ਸ਼ਹਿਰ ਬੰਦਾ ਜਿਹੜਾ ਹੁੰਦੇ ਉਹ ਸੜਕ ਵਾਲਾ ਹੁੰਦੇ ਅਲਹਮਦੁਲਿਲਾ ਸੜਕ ਵਾਲੇ ਹੋਣ ਅੱਲਾਹ ਪਾਕ ਦੇ ਵਕਤ ਦਿੱਤੇ ਸੀ ਸਾਡੇ ਉੱਤੇ ਕੱਟੇ ਸੀ ਉਹ ਪਰ ਤੁਹਾਡੇ ਉੱਤੇ ਉਮੀਦ ਹੈ ਕਿ ਤੁਸੀਂ ਸਪੋਰਟ ਕਰੇ ਸੋ ਜਿਹੜੇ ਜਿਹੜੇ ਬੰਦੇ ਜਿਹੜੇ ਜਿਹੜੇ ਵੀਡੀਓ ਜਿੱਥੋਂ ਜਿੱਥੋਂ ਦੇਖਦੇ ਹਨ ਖਾਸ ਤੌਰ ਓਵਰਸੀਜ਼ ਪਾਕਿਸਤਾਨੀ ਜਿਤਨੇ ਵੀ ਹਨ ਸਾਰਿਆਂ ਕੋਲੋਂ ਮੇਰੀ ਰਿਕੁਐਸਟ ਹੈ ਸਾਰਿਆਂ ਕੋਲੋਂ ਮੇਰੀ ਰਿਕੁਐਸਟ ਹੈ ਆਪਣੀ ਅੰਮਾ ਸੈਣ ਦੀ ਸਿਹਤ ਦਾ ਸਦਕਾ ਆਪਣੇ ਵਾਲਿਦੈਨ ਜਿਨ੍ਹਾਂ ਜਿਨ੍ਹਾਂ ਦੇ ਅੰਮਾ ਸੈਣੀ ਦੁਨੀਆ ਤੋਂ ਰੁਖਸਤ ਥੀ ਚੁੱਕੇ ਹਨ ਉਹਨਾਂ ਦੇ ਸਦਕੇ ਉਹਨਾਂ ਦੇ ਵਾਸਤੇ ਖਾਸ ਤੌਰ ਜਿਤਨੇ ਵੀ ਗੈਰਤਮੰਦ ਲੋਕ ਹੋ ਮੇਰੇ ਕੋ ਉਮੀਦ ਹੈ ਕਿ ਨੈਗੇਟਿਵ ਕਮੈਂਟਸ ਕਹਿਣਾ ਕਰੇ ਸੋ ਜਿਤਨਾ ਥੀ ਸਕੇ ਸਪੋਰਟ ਕਰੋ ਮੈਂ ਆਪਣੇ ਅੰਮਾ ਸੈਣ ਦਾ ਆਪਰੇਸ਼ਨ ਕਰਾਉਣ ਲਈ ਮੇਰੇ ਕੋਲ ਜਿਤਨਾ ਵੀ ਜਮਾ ਪੂੰਜੀ ਗਈ ਸਹਿਬੇ ਜਾਇਦਾਦ ਮੈਂ ਕਹਿਣ ਵੀ ਮੈਂ ਗਰੀਬ ਬੰਦਾ ਸ਼ਹਿਰ ਹੂੰ ਹਮੇਸ਼ਾ ਗਰੀਬ ਹੂੰ ਮੈਂ ਸਹਿਬੇ ਜਾਇਦਾਦ ਕਹਿਣ ਵੀ ਮੈਂ ਵੀਡੀਓ ਬਣਾਉਣ ਤਹੀਂ ਵਾਸਤੇ ਮਜਬੂਰ ਥੀ ਗਿਆ ਕਿ ਮੇਰੇ ਕੋਲ ਵੀ ਅੱਗੇ ਰਸਤਾ ਕਹਿਣ ਮੇਰੇ ਕੋਲ ਸੋਸ਼ਲ ਮੀਡੀਆ ਸਪੋਰਟ ਹੈ ਵੀ ਅਲਹਮਦੁਲਿਲਾ ਸੰਤੋਸ਼ ਮੈਨੂੰ ਮੁਹੱਬਤ ਨਾ ਕਰੇ ਦੋ ਅੱਜ ਇਹ ਮੁਸ਼ਕਿਲ ਵਕਤ 'ਚ ਦਰਦਨਾਕ ਲਮਹੇ ਦੇ ਵਿੱਚ ਮੈਂ ਦਿਲ ਨਾਲ ਤੁਹਾਡੇ ਕੋਲ ਤੁਹਾਡੇ ਕੋਲ ਸਪੋਰਟ ਮੰਗਦਾ ਪਹਿਲੀ ਮਦਦ ਮੇਰੇ ਅੱਲਾਹ ਪਾਕ ਦੀ ਯਕੀਨ ਰੱਖ ਮੇਰੇ ਅੱਲਾਹ ਦੀ ਜ਼ਾਤ ਤੇ ਹੈ ਵਸੀਲਾ ਇਨਸਾਨ ਬਣ ਵਸੀਲਾ ਤੁਸਾਂ ਬਣਨੇ ਵੇ ਆਪਣੀ ਇੱਕ ਐਸਾ ਖਾਕੀ ਦੀ ਅੰਮਾ ਨਹੀਂ ਹੈ ਤੁਹਾਡੀ ਅੰਮਾ ਆਪਣੀ ਅੰਮਾ ਦੀ ਸਿਹਤ ਵਾਸਤੇ ਜਿਤਨਾ ਜਿਹਦੇ ਕੋਲ ਥੀ ਸਕਦੇ ਕੋਈ ਜ਼ਬਰਦਸਤੀ ਕਹਿੰਦੀ ਕੋਈ ਫੋਰਸ ਕਹਿੰਦੇ ਕਰਨ ਦੇ ਪਏ ਜਿਹਦੇ ਕੋਲ ਜਿਤਨਾ ਜਿਤਨਾ ਥੀ ਸਕਦਾ ਸਪੋਰਟ ਕਰੋ ਮੈਂ 35-40 ਲੱਖ ਇਕੱਠਾ ਕਰਨੇ ਮੈਂ ਟੁਰ ਕੇ ਵੀ ਰਿਕਵਰੀ ਕਰਨੀ ਹੈ ਮੈਂ ਟੁਰ ਟੁਰ ਕੇ ਵੀ ਆਖ ਸਾਂ ਬੰਦੇ ਕੋ ਕਿਉਂਕਿ ਮੇਰੇ ਕੋਲ ਕੋਈ ਹੀ ਹੋ ਕਹਿੰਦੀ ਮੇਰਾ ਜਿਹੜਾ ਅਸਾਂ ਹੈ ਬਿਲਕੁਲ ਗਰੀਬ ਖਾਨ ਨਾਲ ਤਾਲੁਕ ਰੱਖਣ ਵਾਲੇ ਹੋ ਕਹਿੰਦੀ ਸੀ ਅਸਾਂ ਕੋਈ ਸ਼ਾਹ ਜਾਂ ਕੋਈ ਰਈਸ ਕਹਿੰਦੀ ਸੀ ਠੀਕ ਹੈ ਤਾਜ਼ੀ ਵਾਲੇ ਹੋ ਤੇ ਬਾਹਰ ਵੀ ਮੈਂ ਕੰਮੇ ਖੜਾ ਪਾਕਿਸਤਾਨ ਹੈ ਸਮਾਏ ਇੱਥਾਂ ਦਾ ਢੇਰ ਸਾਰਾ ਗੜਥਾ ਹਨ ਪਾਕਿਸਤਾਨ ਦੀ ਮਾਈਸ਼ਤ ਦਾ ਤੁਹਾਨੂੰ ਆਪਕੋ ਪਤਾ ਹੈ ਕਿ ਜਿਹੜਾ ਨਿਜ਼ਾਮ ਚੱਲਦਾ ਪਿਆ ਮਹਿੰਗਾਈ ਦੀ ਸੰਦੈਟ ਸਾਰੇ ਦੋਸਤ ਅੱਲਾਹ ਸੁਣਾ ਸਾਰੇ ਦੇ ਮਾਮੇ ਸਲਾਮਤ ਰੱਖੇ ਸਾਰੇ ਦੇ ਮਾਮਾ ਸੁੱਖੇ ਹੋਵੇ
जितना थी सके सपोर्ट करो। मैं बेहद पे बस हूं और मैं हूं तो त्रै दिमारे अंदर अंदर आप हिम्मत सैन हॉस्पिटल इन के अंदर लाओ इंशाल्लाह अल्लाह दे हुक्म नाल मेरा अल्लाह सोना मेरी हिम्मत सैन शिफा दे सी यकीन अल्लाह सी दा साथ थोड़ा मदद अल्लाह पाक करना पे सपोर्ट तो सा करे सो इंशाल्लाह मैं हूं साथ ते पूरा यकीन है ए अल्लाह पाक तुसा दोस्त ने को वसीला बना के ए दुख सारा कटवे से इंशाल्लाह 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 हर दिन मां सलामत रहे अल्लाह सुभान इजरा दुख कहीं को ना देवे ए जरा दी कहीं को ना दिखावे बाकी मेरे वीडियोस तो थे मेरे ये वीडियो तो कोई बंदा नेगेटिव कमेंट्स भी करे सी अगर मैं तो देबिया कशन में आता मेरी ये दुआ है अल्लाह सुभान की रही भी जिंदगी है जिहड़े दुख दा असां सामना करदे पए हैं ਹਰੇ ਖਰੇ ਦੁੱਖ ਨਾ ਦੇ ਕਿਉਂਕਿ ਦੁਸ਼ਮਣ ਦੇ ਘਰ ਵੀ ਦੁੱਖ ਨਾ ਹੋਵੇ ਜਿਹੜਾ ਮੈਂ ਕਟਾਇਆ ਵਲਦੈਨ ਦਾ ਜਿਹੜਾ ਦਰਦ ਹੁੰਦੇ ਨਾ ਵਲਦੈਨ ਦਾ ਦਰਦ ਔਲਾਦ ਗੈਰਤਮੰਦ ਔਲਾਦ ਕਿਹੜੀ ਬਰਦਾਸ਼ਤ ਨਹੀਂ ਕਰ ਸਕਦੀ ਬਾਕੀ ਬਸਾਤੇ ਖੁਦ ਮੈਂ ਆਪ ਵੀ ਕਾਫੀ ਜ਼ਿਆਦਾ ਬਲੱਡ ਦਾ ਮੇਰਾ ਮਸਲਾ ਥੀਂਦੇ ਥੋੜ੍ਹਾ ਢੇਰ ਸਾਰੇ ਮਤਲਬ ਪ੍ਰੋਬਲਮ ਹਨ ਲੇਕਿਨ ਮੈਂ ਇਹ ਦੁਆ ਮੰਗਦਾ ਬੈਠਾ ਮੇਰਾ ਅੱਲਾਹ ਮੈਨੂੰ ਹਿੰਮਤ ਦੇ ਮੇਰਾ ਅੱਲਾਹ ਮੈਨੂੰ ਹਿੰਮਤ ਦੇ ਮੈਂ ਆਪਣੇ ਮਸਲਿਆਂ ਦਾ ਇਲਾਜ ਕਰ ਸਕਾਂ ਅੱਲਾਹ ਸੁਣ ਸਾਰੇ ਸਲਾਮਤ ਰੱਖੇ ਜੀਵੋ ਪੇ ਮੈਂ ਉਮੀਦ ਕਰਨਾ ਮੈਂ ਮਾਯੂਸ ਨਾ ਕਰੇ ਸੋ ਮੈਂ ਇਹ ਵੀਡੀਓ ਬਣਾਇਆ ਮੈਂ ਮੈਂ ਕਹੂੰ ਕੋਈ ਬੰਦਾ ਅਗਰ ਆਖਦਾ ਬੈਠਾ ਹੋਵੇ ਕਿ ਸਲਾਮ ਕੈਸਰ ਖਾਖੀ ਮੰਗਦਾ ਬੈਠਾ ਆਪਣੀ ਅੰਮਾ ਸਹਿਣ ਵਾਸਤੇ ਤਾਂ ਮੈਂ ਪਿੰਨਣ ਕਿਤੇ ਵੀ ਤਿਆਰ ਇਹ ਤਾਂ ਮੈਂ ਆਪਣੀ ਸੋਸ਼ਲ ਮੀਡੀਆ ਜਿਹੜੀ ਸਪੋਰਟ ਹੈ ਵੀ ਮੈਂ ਉਹਨਾਂ ਦੇ ਅੱਗੇ ਅਪੀਲ ਕਰਨਾ ਬੈਠਾ ਮੇਰੀ ਰਿਕੁਐਸਟ ਹੈ ਸਾਰੇ ਇੰਟਰਨੈਟ ਦੇ ਸਾਰੇ ਦੋਸਤਾਂ ਦੇ ਸਾਰੇ ਫੈਨਸ ਦੇ ਕੋ ਜਿਹਦੇ ਕੋਲ ਜਿੰਨਾ ਥੀ ਸਕੇ ਓਵਰਸੀਜ਼ ਪਾਕਿਸਤਾਨੀ ਬਾਹਰ ਮੁਲਕ ਵਿੱਚ ਇੱਥੋਂ ਵਾਲੇ ਕਿੱਥੇ ਹੀ ਸਾਰੇ ਮਿਲ ਕੇ ਸਪੋਰਟ ਕਰੋ ਸਾਰੇ ਮਿਲ ਕੇ ਸਪੋਰਟ ਕਰੋ ਅਗਰ ਮੈਂ ਆਪਣਾ ਨੰਬਰ ਵਿੱਚ ਕਹਿੰਦਾ ਪਿਆ ਜਿਹੜੇ ਨੰਬਰ ਤੋਂ ਤੁਸੀਂ ਰਾਬਤਾ ਕਰਨਾ ਹੈ 0300 ਪੂਰਾ 599333 ਇਹ ਨੰਬਰ ਮਿਲਦਾ ਪਿਆ 0300 ਪੂਰਾ 39972287 ਇਹਨਾਂ ਦੋ ਨੰਬਰਾਂ ਤੋਂ ਰਾਬਤਾ ਕਰੋ ਪਹਿਲਾ ਜਿਹੜਾ ਨੰਬਰ ਹੈ ਉਹ ਵਟਸਐਪ ਹੈ ਦੂਸਰਾ ਜਿਹੜਾ ਨੰਬਰ ਹੈ ਕਾਲ ਨੰਬਰ ਹੈ ਇਹਨਾਂ ਦੋ ਨੰਬਰਾਂ ਤੋਂ ਰਾਬਤਾ ਕਰਕੇ ਜਿਹੜੀ ਤੋਂ ਸਪੋਰਟ ਕਰਨੀ ਹੈ ਰਾਜਦਾਰੀ ਕਰਨੀ ਹੈ ਤੁਹਾਡੀ ਮਰਜ਼ੀ ਹੈ ਅਗਰ ਵਿਦ ਨੇਮ ਕਰਨੀ ਹੈ ਤੁਹਾਡੀ ਮਰਜ਼ੀ ਹੈ ਰਾਹੀ ਲੱਲਾ ਦੇ ਸੋ ਆਪਣੇ ਮਾਵੇਂ ਦੇ ਸਦਕੇ ਸਾਰਾ ਕੁਛ ਕਰੇ ਸੋ ਇਨਸ਼ਾਅੱਲਾ ਇਨਸ਼ਾਅੱਲਾ ਅੱਲਾਹ ਦੇ ਹੁਕਮ ਨਾਲ ਤੁਹਾਡੀ ਸਪੋਰਟ ਨਾਲ ਸਾਰਾ ਕੁਛ ਸੀ ਮੈਂ ਇਕੱਲਾ ਕੁਛ ਕਿਹਾ ਕਰ ਸਕਦਾ ਇਕੱਲਾ ਬੰਦਾ ਕੁਛ ਕਿਹਾ ਕਰ ਸਕਦੀ ਜਾਣ ਸਾਰੇ ਪਿਆਰ ਨਾਲ ਰਲਦੇ ਆ ਸਨ ਇਨਸ਼ਾਅੱਲਾ ਇਨਸ਼ਾਅੱਲਾ ਕਤਰੇ ਕਤਰੇ ਨਾਲ ਦਰਿਆ ਬਣਦੇ ਮੈਂ ਇਤਨਾ ਪੈਸੇ ਇਕੱਠੇ ਕਰ ਗਿਆ ਸਾਂ ਮੈਂ ਆਪਣੀ ਮਾਂ ਸਹਿਣ ਨੂੰ ਅੱਛਾ ਇਲਾਜ ਕਰਵਾ ਸਕਾਂ ਉਹਨਾਂ ਦਾ ਅੱਲਾਹ ਸੁਣਾ ਹਰ ਦੇ ਮਾਮਲੇ ਸਲਾਮਤ ਰੱਖੇ ਹਰ ਦੇ ਮਾਮਾ ਹੱਸੇ ਹੱਸੇ ਰਹਿਣ ਸੀ ਅਤੇ ਆਪ ਹੋਣ ਸਲਾਮਤ ਰਹੋ ਦੁਆਇਆਂ ਚ ਯਾਦ ਰੱਖੇ ਸੋ ਤਾਂ ਜਿਤਨਾ ਥੀ ਸਕੇ ਇਹ ਵੀਡੀਓ ਨੂੰ ਸ਼ੇਅਰ ਕਰੋ ਇਹ ਵੀਡੀਓ ਨੂੰ ਆਪਣੇ ਸਟੇਟਸ ਤੇ ਲਾਓ ਇਹ ਵੀਡੀਓ ਨੂੰ ਆਪਣੇ ਸਟੋਰੀਆਂ ਤੇ ਲਾਓ ਇਹ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਤੇ ਲਾਓ ਜਿਤਨੇ ਸੋਸ਼ਲ ਮੀਡੀਆ ਪਲੇਟਫਾਰਮਸ ਇਨ ਫੇਸਬੁੱਕ ਤੇ ਲਾਜ਼ਮੀ ਅਪਲੋਡ ਕਰੇ ਸੋ ਔਰ ਇਤੋਂ ਕਰ ਵੀਡੀਓ ਨੂੰ ਸ਼ੇਅਰ ਕਰਕੇ ਸੇਵ ਕਰ ਗਿਨੋ ਇਹ ਵੀਡੀਓ ਨੂੰ ਡਾਇਰੈਕਟ ਟਿਕਟੌਕ ਤੇ ਅਪਲੋਡ ਕਰੋ ਫਿਰ ਮੈਂਸ਼ਨ ਕਰਕੇ ਅਪਲੋਡ ਕਰੋ ਬਾਕੀ ਮੈਂ ਚਾਹੁੰਦਾ ਨਾ ਕਿਸਾਂ ਅਗਰ ਵੀਡੀਓਜ਼ ਉਹਨਾਂ ਤੱਕ ਪਹੁੰਚ ਜਾਣ ਤਾਂ ਮੇਰਾ ਅੱਛਾ ਟਾਈਮ ਨਾ ਗੁਜ਼ਰਿਆ ਹੋਵੇ ਨਾ ਕਿਸਾਂ ਮੈਂ ਉਹਨੇ ਦੇ ਕਿ ਇਹ ਸਾਰੇ ਮਿਲ ਕੇ ਇਹ ਵੀਡੀਓ ਨੂੰ ਆਪਣੇ ਆਪਣੇ ਅਕਾਊਂਟਸ ਤੇ ਅਪਲੋਡ ਕਰਨ ਅਪਲੋਡ ਕਰਨ ਜਾਂ ਆਪਣੀ ਵਾਇਸਿਸ ਅਪਲੋਡ ਕਰਨ ਕਿ ਅਸਲਾਮ ਕੈਸਰ ਖਾਕੀ ਦੀ ਅੰਮਾ ਸਹਿਣ ਵਾਸਤੇ ਦਰਦ ਕਰਵਾਓ ਉਹ ਨਾ ਇਹ ਹਨ ਭਈਆ ਕਿ ਫਸਟ ਆਫ ਆਲ ਸਾਊਦੀ ਅਰਬੀਆ ਚੋਂ ਸੇਫ ਬਰਕਤ ਕਸੇਲਾ ਮੁਸ਼ਿਰ ਸੈਦ ਬਾਦਸ਼ਾਹ ਮਜ਼ਾਰ ਖਾਨ ਦੁਕਤੀ ਸ਼ਾਹਜਹਾਨ ਮਜ਼ਾਰੀ ਅਮੀਨ ਖਾਨ ਮਾਮਾ ਉਬੈਦ ਜਿਤਨੇ ਵੀ ਬਾਕੀ ਸਾਊਦੀ ਅਰਬੀਆ ਦੇ ਵਿੱਚ ਖੜੋ ਟੋਟਲ ਦੋਸਤ ਉੱਥੋਂ ਕਰੇ ਕਾਬੀਨਾ ਬਣਾ ਕੇ ਇਹ ਹੈਲਪ ਕਰਨ ਦੀ ਕੋਸ਼ਿਸ਼ ਕਰੇ ਸੋ ਸਪੋਰਟ ਕਰੇ ਸੋ ਸਾਡੀ ਉਹਦੇ ਇਲਾਵਾ ਸਾਡੇ ਦੋਸਤ ਨੇ ਜਿਹੜੇ ਉਹਨਾਂ ਦਾ ਮੈਂ ਨਾ ਕਿੰਸਾਂ ਸੋਸ਼ਲ ਮੀਡੀਆ ਤੇ ਜਿਹਦੇ ਨਾਲ ਸਾਡੇ ਟੈਸਟ ਹੈ ਜਿਹੜੇ ਅਲਹਮਦੁਲਿਲਾ ਸਾਡੇ ਨਾਲ ਅੱਛਾ ਵਕਤ ਗੁਜ਼ਾਰਨ ਬਗੈਰ ਸੋਸ਼ਲ ਮੀਡੀਆ ਦੇ ਇਲਾਵਾ ਵੀ ਉਹਨਾਂ ਨਾਲ ਸਾਡੀ ਅੱਛੀ ਸੰਗਤ ਸੋ ਸਾਥ ਦੋਸਤੀ ਸਾਰਾ ਕੁਝ ਹੈ ਕਿ ਦੁਬਈ ਤੋਂ ਆਤਮਾ ਖੋਸਾ ਸਹੀ ਸਾਡੇ ਉਸਤਾਦ ਸਾਹਿਬ ਵੀ ਹਨ ਇਮਤਿਆਜ਼ ਫਾਖਿਰ ਰਾਜਾ ਪੰਜਾਣੀ ਮੁਸਤਰ ਬਲੋਚ ਮਾਹਰ ਰੌਫ ਅਜ਼ਹਰ ਰਮਦਾਨੀ ਮਾਜਿਦ ਸੋਮਰੋ ਬਲੋਚ ਇਸ ਬੈਕ ਮੁਰਸ਼ਿਦ ਮੁਨਾਸ ਮਣੀ ਕਸਵਰ ਜੜ ਗਿਆਮ ਰਾਸ਼ਿਦ ਪ੍ਰਿੰਸ ਕਦੀਰ ਅਰਈ ਸਾਮਲ ਵੈਂਸ ਸੈਫ ਅਲ ਵੈਂਸ ਅਮਜਦ ਤਬਸੁਮ ਜ਼ਿਆ ਇਬਰਾਹੀਮ ਐਸ ਐਸ ਪੀ ਅਲਤਾਫ ਖਾਨ ਅਲ ਬਲੋਸ਼ੀ ਭਈਆ ਸਲਮਾਨ ਖਾਨ ਸੱਲੂ ਇਮਰਾਨ ਬਲੋਚ ਅਦਨਾਨ ਬਡਾਣੀ ਅਕਮਲ ਖਾਕੀ ਮਲਕ ਮੁਜੈਦ ਮੌਸਮ ਖਾਨ ਕਯੂਮ ਜੜ ਅਮੀਨ ਖਾਨ ਫਿਆਸ ਅਮਾਨ ਸ਼ਾਹਨਵਾਜ਼ ਉਤਵਾਣੀ ਮੀਆਂ ਅਕਰਮ ਮੀਆਂ ਇਕਰਾਮ ਡਾਕਟਰ ਨਵੀਦ ਕੈਸਰ ਠਿੰਬਰ ਚੀਫ ਹਜਾਣਾ ਅਲੀ ਮਲਕ 944 ਹਫੀਜ਼ੂ ਖੋਸਾ ਸਾਰੀ ਸੰਗਤ ਮਿਲ ਕੇ ਕਾਬੀਨਾ ਬਣਾ ਕੇ ਕੋਸ਼ਿਸ਼ ਕਰੋ ਕਿ ਆਪਣੇ ਭਾਈ ਨੂੰ ਸਪੋਰਟ ਕਰੋ ਸਾਡੇ ਪਿਆਰੇ ਭਾਈ ਕਦਰ ਤੋਂ ਅਸਲ ਗੁਜ਼ਰ ਭਈਆ ਤੁਹਾਡੇ ਕੋਲ ਵੀ ਸਪੋਰਟ ਦੀ ਉਮੀਦ ਹੈ ਠੀਕ ਹੈ ਆਪਣੀ ਇੱਕ ਕਾਬੀਨਾ ਬਣਾਓ ਇਹਨਾਂ ਨੂੰ ਸਾਰੇ ਇਕੱਠਾ ਕਰਕੇ ਸਪੋਰਟ ਕਰੋ ਰਾਹੀ ਲੀਲਾ ਸਪੋਰਟ ਕਰੋ ਆਪਣੇ ਇਹ ਭਾਈ ਦੀ ਵਲਦ ਹੈ ਤੁਹਾਡੀ ਵੀ ਵਲਦ ਹੈ ਸਾਰੀ ਸੰਗਤ ਦੀ ਅੰਮਾ ਸਹਿਣ ਦੀ ਸਿਹਤ ਵਾਸਤੇ ਜੋ ਥੀ ਸਕਦੇ ਕਰੋ ਮੈਂ ਬੇਹੱਦ ਮਸ਼ਕੂਰ ਥੀ ਕਿ ਵੀਡੀਓ ਬਣਾਈ ਮੈਂ ਕਿ ਨਹੀਂ ਵੀ ਕਹਿਣਾ 4 ਸਾਲ ਥੀ ਕਿ ਮੈਂ ਸੋਸ਼ਲ ਮੀਡੀਆ ਦੇ ਉੱਤੇ ਅਲਹਮਦੁਲਿਲਾ ਮੇਰਾ ਅੱਲਾਹ ਪਾਕ ਕਿ ਨਹੀਂ ਵੀ ਮੈਨੂੰ ਇਹ ਜੀ ਮੌਕਾ ਨਹੀਂ ਦਿੱਤਾ ਮੈਂ ਇਹ ਜੀ ਵੀਡੀਓਜ਼ ਬਣਾਵਾਂ ਅੰਦਰੋਂ ਅੰਦਰੋਂ ਤੜ ਚੁੱਕਿਆ ਅੰਦਰੋਂ ਅੰਦਰੋਂ ਮਰਦੇ ਵੇ ਨੇ ਅੰਮਾ ਸਹਿਣ ਦਾ ਦੁੱਖ ਦੇਖ ਦੇਖ ਕੇ
بےحد بے بس لاچار مجبور تھی کہ میں ویڈیو بنائیں گی. اللہ سنت یقین رکھے میرے ذہن اچھی خود ہوں گا میں کہیں مشورہ کہنے کی تھی. میرے ذہن اچھی خود ہوں گا یہ گال کہ میرے کو ایک پاور ہے پہ میں ہوں پاور ہوں استعمال کراں. اللہ سنا انشاءاللہ کرم کرے سی سنگت نیگیٹو کمنٹس لے کلو بلا بلا ریکویسٹ ہے بلا بلا ہونے واسطے دعا ہے کہ نیگیٹیوٹی نہ پھیلاؤ. اللہ سنا تمہارے گھریں دے وچ ہمیشہ سکھ سلامت رکھے. اللہ سے ہر کہیں دے اماں سائن کو سلامت رکھے. اماں سائن دے صدقے ارسلان کہہ سکھا کہ اماں سائن نہ سپورٹ کرو. ارسلان کہہ سکھا کہ اپنے اماں سائن دا آپریشن بھی کروا کے نمد اللہ سے بھی کروا سکے. کسی پہ سلامت رہو. اللہ سنا سارے کو سکھا رکھے. سارے اچھے حالات سو سارے سکھے رہو. آمین سنا آمین. امید کرنا مایوس کہنا کرے سو. السلام علیکم. Thank you.